ਮੈਂ ਆਜ਼ਾਦ ਕਿਸਾਨ ਕਮੇਟੀ ਦੁਆਬਾ ਪੰਜਾਬ ਦਾ ਜਨਰਲ ਸਕੱਤਰ ਹਰਵੰਸ ਸਿੰਘ ਸੰਘਾ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਕਿ ਅੱਜ ਦੇ ਦਿਨ 19 ਨਵੰਬਰ ਨੂੰ 2021 ਵਿੱਚ ਇੰਡੀਆ ਗੌਰਮੈਂਟ ਨੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਸੀਆਂ ਉਹਨਾਂ ਦੇ ਵਿੱਚੋਂ 3 ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ। ਉਹ ਸਾਡੀ ਬਹੁਤ ਵੱਡੀ ਜਿੱਤ ਸੀ। ਹੁਣ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 1 ਹਫ਼ਤੇ ਦੇ ਲਈ ਵੱਖ ਵੱਖ ਪਿੰਡਾਂ ਦੇ ਵਿੱਚ ਉਸ ਜਿੱਤ ਦੇ ਜਸ਼ਨ ਮਨਾਉਣ ਵਾਸਤੇ ਪ੍ਰੋਗਰਾਮ ਤੈਅ ਕੀਤਾ। ਇਸ ਸਭ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਪਿੰਡ ਮੋਨਾ ਕਲਾਂ ਵਿਖੇ 20 ਤਰੀਕ ਨੂੰ ਦਿਨ ਐਤਵਾਰ ਵਾਲੇ ਦਿਨ ਗੁਰਦੁਆਰਾ ਸਾਹਿਬ ਵਿਖੇ 1 ਜਿੱਤ ਦਾ ਸਮਾਗਮ ਕੀਤਾ ਜਾਊਗਾ। ਉਸ ਤੋਂ ਬਾਅਦ ਅਗਲਾ ਸਮਾਗਮ ਪਿੰਡ ਦਿਹਾਣਾ ਵਿਖੇ 22 ਤਰੀਕ ਨੂੰ ਕੀਤਾ ਜਾਊਗਾ ਅਤੇ ਉਹ ਤੋਂ ਬਾਅਦ 23 ਤਰੀਕ ਨੂੰ ਪਿੰਡ ਕਾਹਰੀ ਸਾਹਰੀ ਵਿਖੇ ਇਹੋ ਸਮਾਗਮ ਜਿੱਤ ਦਾ ਸਮਾਗਮ ਕੀਤਾ ਜਾਵੇਗਾ ਅਤੇ 24 ਤਰੀਕ ਨੂੰ ਪਿੰਡ ਰਾਜਪੁਰ ਭਾਈਆਂ ਵਿਖੇ ਅੱਡੇ ਦੇ ਵਿੱਚ ਉਹ ਜਿੱਤ ਦਾ ਸਮਾਗਮ ਕੀਤਾ ਜਾਊਗਾ। ਇਸ ਸਮਾਗਮ ਵਿੱਚ ਸਾਰੇ ਕਿਸਾਨਾਂ ਨੂੰ ਅਤੇ ਕਿਸਾਨਾਂ ਦੇ ਹਮਦਰਦ ਅਤੇ ਮਜ਼ਦੂਰਾਂ ਨੂੰ ਬੇਨਤੀ ਆ ਕਿ ਉਹ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਤਾਂ ਕਿ ਅਸੀਂ ਇੱਕ ਸਰਕਾਰ ਨੂੰ ਸੁਨੇਹਾ ਦੇ ਸਕੀਏ ਕਿ ਤੁਸੀਂ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ ਉਹਦੇ ਨਾਲ ਸਾਡੀਆਂ ਹੋਰ ਬਹੁਤ